ਤੁਸੀਂ ਨਾ ਕਰੋ ਹੋਰ ਕਿਹੜੇ ਕਿਹੜਾ ਆਪਾਂ
ਲਕਸ਼ਮੀ ਲੱਡੂ ਲਕਸ਼ਮੀ ਦੇਵ ਦੇਵਾਂ ਦੀ ਹਾਂਜੀ ਬੰਡੇ ਜੀ ਚਰਚਾ ਕਰ ਰਹੇ ਪਰ ਨਾ ਸੁਣਾ ਕੇ ਦੱਸਿਓ ਆਹ ਜੀ ਅੱਛਾ ਬੱਚਿਓ
ਅਸੀਂ ਇਹਨੂੰ ਤੁਹਾਡੀ ਪਾਠਸ਼ਾਲਾ ਚ ਦਾਖਲ ਕਰਾਉਣਾ ਜੀ। ਕੀ ਪਾਠਸ਼ਾਲਾ ਚ ਦਾਖਲ ਕਰਾਉਣਾ? ਹਾਂਜੀ। ਓਏ ਮੂਖਾ ਮੂਖਾ, ਇਹ ਪੜ੍ਹਾਈਆਂ ਇਹ ਲਿਖਾਈਆਂ ਪਿੰਡ ਸਾਡੇ ਬ੍ਰਾਹਮਣਾਂ ਵਾਸਤੇ ਆ, ਤੁਹਾਡੇ ਸੂਤਾਂ ਵਾਸਤੇ ਥੋੜ੍ਹੀ ਆ। ਨਾਲੇ ਸਾਨੂੰ ਸੂਤਾਂ ਇੱਕੋ ਇੱਕ ਕੰਮ ਦਿੰਦਾ ਹੈ ਵੀ ਸਾਡਾ ਮਨ ਲੁਕਰ ਚੱਲੋ ਤੇ ਆਪਣੇ ਬੱਚੇ ਪੜ੍ਹੋ। ਚਲੋ ਨਿਕਲੋ। ਮਾਸਟਰ ਜੀ, ਜਦ ਇੱਕ ਸਿੱਖ ਦਾ ਬੱਚਾ ਪੜ੍ਹ ਸਕਦਾ, ਪਾਰਸੀ ਦਾ ਬੱਚਾ ਪੜ੍ਹ ਸਕਦਾ ਤੇ ਬ੍ਰਾਹਮਣ ਦਾ ਬੱਚਾ ਪੜ੍ਹ ਸਕਦਾ ਤੇ ਸਾਡੇ ਅਸ਼ੂਰ ਦਾ ਬੱਚਾ ਕਿਉਂ ਨਹੀਂ ਪੜ੍ਹ ਸਕਦਾ? ਨਾਲੇ ਮਾਸਟਰ ਜੀ, ਅੰਗਰੇਜ਼ ਸਰਕਾਰ ਨੇ ਤਾਂ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ ਆ। ਲੈ ਮੇਰਾ ਪੁੱਤ ਬਹਿ ਜਾ, ਦਿਲ ਲਾ ਕੇ ਪੜ੍ਹੀ, ਠੀਕ ਆ? ਮੈਂ ਚੱਲਦਾ, ਬਹਿ ਜਾ ਬਹਿ ਜਾ। ਤੁਸੀਂ
ਸਾਥੀਓ ਹੱਕ ਮੰਗਿਆ ਨਹੀਂ ਮਿਲਦੇ ਮੇਰੇ
ਮੈਂ ਕਹਿੰਦਾ ਜੀ ਹੁਣ ਪੜ੍ਹਨ ਲੱਗਾ ਜੀ ਕਮੀਨੀ ਕਰਤਾ ਲਾ ਤੋਂ ਦੇ ਆ ਡੈਫ